Assalamualaikum warahmatullahi wabarakatuh. Itu saya dari bagaimana YouTube channel Marek Naim Official Try. आज मैं दोबारा वीडियो करने शुरू हूँ. सारी वीडियो शुरू करने से पहले सारे चैनल को सब्सक्राइब करो. चाहते अल्लाह ताला दे फजल करम नाले सामने दे देता है. बदाली बदाली तकरीबन महकमे मौसमियात के मुताबिक तकरीबन 6-7 दिन बारिश की पेशीन गोई की गई. बहुत ही आज जबरदस्त बारिश लगी है. तो रात में जबरदस्त बारिश लगी है. मौसम बड़ा चार बना खड़े. अल्लाह ताला खैर करे. ते ए सामने सारे घा की पोजिशन ही सौगड़ी दी पई. बहुत ही खुशहाल थी खड़े. कन्ने खुशहाल इन अल्लाह तो कान दे रहे हो सामने. ते निजाम बहुत सोना थी खड़े. ते मैंने कुछ और नट खेदे पन उन्हें जोड़े कमाने. ते उतू भी सबको अपडेट देने लेकर के छोर चंग खेदा पे. निजाम सारे सामने शेयर करे. इंशाल्लाह सारे चैनल भी यार ਤੁਸੀਂ ਸਪੋਰਟ ਨਹੀਂ ਕਰਦੇ ਭਾਅ ਜੀ. ਕਰਨਾ ਕਰਨ ਦਾ ਹੱਕ ਹੈ. ਤੁਸੀਂ ਸਾਨੂੰ ਸਪੋਰਟ ਨਹੀਂ ਕਰਦੇ ਦੋਸਤੋ ਵੀਰੋ. ਅਤੇ ਸਾਡੇ ਇਲਾਕੇ ਦੀ ਇਹ ਖੂਬਸੂਰਤੀ ਹੈ. ਬਹੁਤ ਹੀ ਮਜ਼ੇਦਾਰ ਇਲਾਕੇ. ਅੱਲਾਹ ਤਾਲਾ ਇੱਕ ਬੇਰ ਹੈ ਤੁਹਾਡੇ ਸਾਹਮਣੇ ਦੀਦੀ ਪਈ ਹੋਈ. ਇੱਥੋਂ ਆਪੂ ਦੀਦੀ ਪਈ ਹੋਈ. ਇਹ ਬੇਰ ਚਾਹੀ ਖੜੀ ਹੈ. ਇਸ ਟਾਈਮ ਫਲੀ ਖੜੀ ਹੈ ਬੇਰ. ਬਹੁਤ ਹੀ ਮਜ਼ੇਦਾਰ ਬੇਰ ਹੈ. ਲੇਕਿਨ ਇਹਨਾਂ ਬੇਰਾਂ ਦਾ ਜਿਹੜਾ ਮੌਸਮ ਹੈ ਨਾ ਜੀ, ਉਹ ਇਸ ਟਾਈਮ ਕੋਨੀ. ਯਾਨੀ ਇਹ ਜਿਹੜੇ ਬੇਰ ਹੋਸਨ ਇਹਨਾਂ ਦੇ ਵਿੱਚ ਕੀੜੇ ਹੋਣ. ਇਹ ਬੇਮੌਸਮੀ ਬੇਰ ਹੈ ਤਾਂ ਇਹਨਾਂ ਦੇ ਵਿੱਚ ਕੀੜੇ ਹੋਣ. ਅਤੇ ਅੱਜ ਤੁਹਾਨੂੰ ਮਜ਼ੇਦਾਰ ਮੈਚ ਵੀ ਦੇਖਣੇ. ਮੈਚ 'ਤੇ ਪਹੁੰਚ ਚੁੱਕਾ. ਬੱਚੇ ਜਿਹੜਾ ਮੈਚ ਫੁੱਲ ਖੇਡੇ ਤਾਂ ਤੁਹਾਨੂੰ ਇਨਸ਼ਾਅੱਲਾ ਦੇ ਦੇ ਪਾਏ ਸਾਹਮਣੇ. ਮੈਚ ਪਹੁੰਚ ਗਏ. ਤੁਹਾਨੂੰ ਅਪਡੇਟ ਦੇਣੇ ਮੈਚ ਦੇਖਾ ਕਿਹੜੀ ਪਾਰਟੀ ਜਿੱਤੀ ਪਈ ਹੈ ਅਤੇ ਕਿਹੜੀ ਹਰਦੀ ਪਈ ਹੈ. ਇਹ ਸਾਰੇ ਅਪਡੇਟ ਦੇਖਾਉਂਦੇ. ਬਹੁਤ ਹੀ ਮੌਸਮ ਗਾਜ ਇੰਜੋਏ ਕਰੇਗਾ ਪੇ ਇਹ ਖਿਲਾੜੀ. ਦੇਖਾ ਜੁਲਦੇ ਦੇਖਾ ਕੋਲ ਕੁਝ ਹਾਲ ਹਕੀਕਤ ਪੀਜੇ. ਬਈ ਤੂੰ ਅੱਜ ਕਿਵੇਂ ਮੈਚ ਦੇ ਵਿੱਚ ਆ ਗਏ? ਖੁਦਾ ਤੇ ਕੋਈ ਦਹਿ ਦੇ ਇਹ ਬਲਾਂ. ਦੇਖੋ ਸਹੀ ਇਹ ਮੈਚ ਖੇਡੀ ਪਏ. ਅੱਗੇ ਵੀ ਤੁਹਾਨੂੰ ਮੈਂ ਆਪਣੀ ਵੀਡੀਓ ਦੇ ਵਿੱਚ ਜ਼ਿਕਰ ਕਰੇਗਾ ਰਹਿਣਾ ਦੇ ਬਾਰੇ ਕਿ ਇਹ ਸਾਡੇ ਇਲਾਕੇ ਦੇ ਵਿੱਚ ਦੂਜਾ ਨੰਬਰਦਾਰ ਹੈ. ਇਹ ਤੁਹਾਡੇ ਸਾਹਮਣੇ ਖੜੇ. ਇਹ ਸਾਹਮਣੇ ਇਹ ਦੂਜਾ ਨੰਬਰਦਾਰ ਹੈ ਸਾਡੇ ਇਲਾਕੇ ਦਾ. ਬਹੁਤ ਖੁਸ਼ੀ ਖਿਲਾਫ ਦਿੰਦਾ ਅੱਲਾਹ ਤਾਲਾ ਹੈ. ਮੁਹੰਮਦ ਹਸਨ ਵੀ ਆਇਆ ਖੜੇ ਮੈਚ. ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਹੀ ਚੰਗਾ ਖੇਡਾ ਪਿਆ ਜੀ. ਹਸਨ ਅਲੀ ਦੇ ਕਾ ਆਪਣਾ ਤਾਰਫ ਕਰਵਾ ਕੀਤਾ. ਸੁਣਾ ਕਿਵੇਂ ਮੈਚ ਮਜ਼ਾ ਕਰੇਗਾ ਤੂੰ? ਅੱਛਾ ਤੂੰ ਬਾਲ ਦੇ ਭਾਈ ਇਹ ਕੋਈ ਜਰਾ ਤਾਰੋ ਸੁਣ ਵੀ ਲੋ. ਇਹ ਅਫਲਾਤੂਨ ਖਿਲਾੜੀ ਦੇ ਚਾਹਾਂ ਜੋ ਇਹ ਅਫਲਾਤੂਨ ਖਿਲਾੜੀ ਦੇ ਤੇ ਇਹ ਛੋਰ ਆਦਾ ਪੇ ਭਾਈ ਮਜ਼ਾ ਨਹੀਂ ਪਿਆ ਕਰੇਂਦਾ. ਉਸਤਾਦ ਵਕਾਸ ਆਦਾ ਪੇ ਪਤਾ ਨਹੀਂ ਆਈ ਕਿ ਉਸਤਾਦ ਵਕਾਸ ਛੋਰ ਕਿਵੇਂ ਚੰਗਾ ਚੱਲਦਾ ਚੰਗਾ ਖੇਡਦਾ ਪਿਆ. ਅੱਲਾਹ ਤਾਲਾ ਦੀ ਯਾਦ ਹੀ ਕਰੇ. ਬੜੀ ਮਿਹਨਤ ਕਰੇ ਪੈਣ. ਬਹੁਤ ਹੀ ਟਫ ਮੁਕਾਬਲਾ ਥੀਂਦਾ ਪਏ ਤੇ ਬਹੁਤ ਹੀ ਮਜ਼ੇਦਾਰ ਮੈਚ ਥੀਂਦਾ ਪਏ. ਮੈਚ ਅਸੀਂ ਇਨਸ਼ਾਅੱਲਾ ਸ਼ੇਅਰ ਕਰੇਸੂ ਦੇ ਨਾਲ. ਇਹ ਦੇਸੀ ਮਾਹੌਲ ਵਿੱਚ ਕੱਪੜੀਆਂ ਆਪਣਾ ਚੜ੍ਹਦੀਆਂ ਵਧੀਆਂ ਨੇ ਸਾਹਮਣੇ ਤੁਹਾਡੇ. ਇਹ ਸਾਡੇ ਇਹ ਮਾਹੌਲ ਹੁੰਦਾ ਵੇ. ਅੱਜ ਜਿਹੜਾ ਇਹ ਬੱਚੇ ਹੀ ਮੈਚ ਖੇਡਣ ਵਾਲਾ ਖੜਾਈ ਤਿਆਰ ਕਰੇ ਨੇ ਪੈਣ ਵਾਲਾ ਕਾਲਾ ਦੁਕਾਨ ਨਾਲ. ਅਤੇ ਇਹ ਦੁਪਹਿਰੇ ਤਰਾਵੀ ਤੋਂ ਵੀ ਉੱਤੇ ਖਿਲਾੜੀ ਬਣ ਗਏ. ਇਹ ਉਸ ਟਾਈਮ ਥੋੜ੍ਹਾ ਇਹਦੀ ਮਾਹੌਲ ਹੀ ਖੜੇ ਦੇ ਪਏ ਸਾਹਮਣੇ ਜਿਹੜੀ ਜਿਹੜਾ ਬੱਕਰੀ ਦੇ ਪਏ ਜੀ. ਖਸੀਅਤ ਇਹ ਕਿ ਇਹਦਾ ਇੱਕ ਨਾਂ ਚੱਲੇ ਸਹੀ ਅਤੇ ਉਹ ਆਪਣਾ ਜਿਹੜਾ ਹੈ ਉਹ ਨਾਂ 'ਤੇ ਆਉਂਦੀ ਹੈ. ਅਤੇ ਇਹਦਾ ਸ਼ਾਰਟ ਥੋੜ੍ਹਾ ਕੋਈ ਬੱਕਰੀ ਦਾ ਦਿਖਾਏ ਨੇ. ਦੇਖੋ ਉਹ ਨਾਂ ਚੈਸੀ ਅਗਰ ਆ ਗਈ ਤਾਂ ਠੀਕ ਠੀਕ ਨਾ ਆਈ ਤਾਂ ਵਾਤੇ ਕੂੜ ਮਰੇ ਨੇ. ਹਾਂ ਲਾਲਾ ਸਾਡੇ ਦੇਖਾ ਜਰਾ ਅੱਗੇ ਨਾ ਜਾਣੇ ਸਾਡੇ. ਇਹ ਦੇ ਦੇਖੋ ਸ਼ਾਰਟ. ਇਹ ਜੀ ਆਦੇ ਸੋਹਣੀ ਬੱਕਰੀ ਅਤੇ ਸੋਹਣੀ ਬੱਕਰੀ ਜਿਹੜਾ ਆਪਣਾ ਹਜ ਕੇ
بکری نال کھیلتا پی آخ میرے ولاگ شامل کر رہے سسٹم کریں جی بکری فی الحال ویری نائس چھوڑ جڑا ہے میچ بڑا ہی مزیدار میچ کھیلتے پائیں لیکن جڑا ہے موسم بہت چینج ٹھیک ہے ہم لے رہے موسم بہت لیول دے لیکن اچھے اس دفعہ ماں جڑا ہے گرمی کی تھی کھڑے پاپا جی جڑا ہے لے کر دن تے یہ جڑا وچ پلیئر دسدا پے نا تھا اے 12ویں صاحب اے بہت نام کون جڑا ہے اس ٹائم جڑا ہے بارہویں والی ٹیم تقریباً جیت گئی ہے باقی ایسی ویسی گال کو نہیں دیداری نا تو یکے سیریس تے اچھا پلیئر ان ساسا بو کسے ہا یکے نکے نکے بال ریکویسٹ سٹ کے تھڑے بلاس رہے دل کوئی تساں سارے چینل استاد شکیلی نال ودے جڑا کہ اے ویڈیو دے وچ واگو دکھائیں دے رہن ہیں بھئی چھوٹا نمبر دا اے ساری علاقے دا جائے نمبر دا چنگا شہر دے چوہے کہیں دی پلیٹ بنی گئی اے کوئی اپڈیٹ ہی دیندا پے بھئی پلیٹ بنی گئی حاج استاد ہی ودے ویڈیو چنگی لگی ہوئے کو لازمی لائک شیئر فالو کرنے لائے چینل کو ضرور سبسکرائب کرنے لائے ویڈیو کا اینڈ انشاءاللہ نئے ولاگ میں